ਹੈਲੋ एवरीवन ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਨੋਟਸ ਪ੍ਰੋਵਾਈਡ ਕਰਵਾ ਰਹੀਆਂ ਜੀ ਬੀਐਡ ਫਰਸਟ ਸਮੈਸਟਰ ਦੇ ਨਾਲ ਸੰਬੰਧਿਤ ਜੋ ਤੁਹਾਡਾ ਕੰਪਲਸਰੀ ਸਬਜੈਕਟ ਹੈ ਜੀ ਟੈਕਨੀਕਸ ਆਫ ਟੀਚਿੰਗ ਜੋ ਤੁਹਾਡਾ ਐਫ 1.3 ਹੈ ਜੀ ਤੁਹਾਡਾ ਥਰਡ ਸਬਜੈਕਟ ਹੈ ਟੈਕਨੀਕਸ ਆਫ ਟੀਚਿੰਗ ਇਹਦੇ ਨਾਲ ਸੰਬੰਧਿਤ ਮੈਂ ਤੁਹਾਨੂੰ ਨੋਟਸ ਪ੍ਰੋਵਾਈਡ ਕਰਵਾ ਰਹੀਆਂ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਤਿੰਨ ਸਬਜੈਕਟ ਦੇ ਜਿਹੜੇ ਨੋਟਸ ਆ ਉਹ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਚੁੱਕੀ ਹਾਂ ਹੁਣ ਆਪਾਂ ਜੋ ਨਵਾਂ ਸਬਜੈਕਟ ਸਟਾਰਟ ਕਰ ਰਹੇ ਹਾਂ ਜਿਓ ਟੈਕਨੀਕਸ ਆਫ ਟੀਚਿੰਗ ਹੈ ਤੇ ਇਹਦੇ ਨਾਲ ਇਹਦੇ ਵਿੱਚ ਜੋ ਟਾਪਿਕ ਅੱਜ ਮੈਂ ਤੁਹਾਨੂੰ ਕਰਵਾ ਰਹੀ ਹਾਂ ਉਹ ਹੈਗਾ ਜੀ ਯੂਨਿਟ 2 ਦਾ B ਪਾਰਟ ਹੈ B ਪਾਰਟ ਦੇ ਵਿੱਚ ਮੈਰਿਟਸ ਐਂਡ ਲਿਮਿਟੇਸ਼ਨਸ ਹੈ ਜੀ ਮਾਈਕਰੋ ਟੀਚਿੰਗ ਦੀਆਂ ਮਾਈਕਰੋ ਟੀਚਿੰਗ ਦਾ ਕਨਸੈਪਟ ਤੇ ਉਹਦਾ ਪ੍ਰੋਸੀਜਰ ਤੇ ਸਕਿਲਸ ਆਫ ਮਾਈਕਰੋ ਟੀਚਿੰਗ ਦੇ ਉਹ ਸਾਰੇ ਜਿਹੜੇ ਮੈਂ ਕਵਰ ਕਰਵਾ ਚੁੱਕੀ ਹਾਂ ਪਹਿਲਾਂ ਉਹ ਪਹਿਲਾਂ ਹੀ ਵੀਡੀਓਜ਼ ਬਣੀਆਂ ਹੋਈਆਂ ਨੇ ਤੇ ਮੈਂ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਵਾਂਗੀ ਸੋ ਸਕਿੱਲ ਆਫ ਮਾਈਕਰੋ ਜੋ ਟੀਚਿੰਗ ਹੈ ਜੀ ਇਹ ਮੈਂ ਕਰਵਾਇਆ ਜੀ ਬੀ ਐਡ 3 ਸੈਮੈਸਟਰ ਦੇ ਵਿੱਚ ਬੱਚਿਆਂ ਨੂੰ ਕਰਵਾਇਆ ਹੈ ਉਹਨਾਂ ਨੇ ਜੋ ਲੈਸਨ ਪਲਾਨ ਰੈਡੀ ਕਰਨੇ ਸੀ ਨਾ ਉਹਦੇ ਵਿੱਚ ਹੀ ਇਹ ਜਿਹੜਾ ਟੌਪਿਕ ਹੈ ਉਹ ਕਵਰ ਹੋ ਗਿਆ ਸਕਿੱਲਸ ਆਫ ਟੀਚਿੰਗ ਜਿੰਦੇ ਵਿੱਚ ਇੰਟਰੋਡਕਸ਼ਨ ਕੁਐਸਚਨਿੰਗ ਐਕਸਪਲੇਨੇਸ਼ਨ ਰੀਨਫੋਰਸਮੈਂਟ ਤੇ ਵੇਰੀਏਸ਼ਨ ਇਹ ਵਾਲੇ ਜਿਹੜੇ ਮੈਂ ਟਾਪਿਕ ਹੈ ਜੀ ਇਹ ਕੰਪਲੀਟ ਕਰਵਾਏ ਹੋਂਦੇ ਵਿੱਚ ਤਾਂ ਉਹ ਤੁਸੀਂ ਉੱਥੋਂ ਜਿਹੜਾ ਇਹ ਦੇਖ ਲੈਣੀਆਂ ਵੀਡੀਓਜ਼ ਤੁਹਾਡੇ ਲਈ ਹੈਲਪਫੁਲ ਰਹੇਗਾ ਤੇ ਮਾਈਕਰੋ ਟੀਚਿੰਗ ਦਾ ਕਨਸੈਪਟ ਪ੍ਰोसीਜਰਸ ਇਹ ਮੈਂ ਕਰਵਾ ਚੁੱਕੀ ਆ ਪਹਿਲਾਂ ਹੀ ਸੋ ਪਲੇਲਿਸਟ ਆਪਾਂ ਬਣਾ ਲਈਏ ਜੀ ਟੈਕਨੀਕਸ ਆਫ ਟੀਚਿੰਗ ਦੇ ਨਾਲ ਸੰਬੰਧਿਤ ਤੇ ਇਹਦੇ ਵਿੱਚ ਨਾਲ ਜਿਹੜੇ ਤੁਹਾਨੂੰ ਹੁਣ ਮੈਂ ਨੋਟਸ ਸਾਰੇ ਜਿਹੜੇ ਇੱਕ ਵਾਰੀ ਪ੍ਰੋਵਾਈਡ ਕਰਵਾ ਦਾਂਗੀ ਤੇ ਉਸ ਤੋਂ ਬਾਅਦ ਆਪਣਾ ਇੱਕ ਸਬਜੈਕਟ ਗਰੋਥ ਵਾਲਾ ਰਹਿ ਜਾਵੇਗਾ ਤੇ ਉਹ ਵੀ ਆਪਾਂ ਜਿਹੜਾ ਕਵਰ ਹੈ ਉਹ ਕਰ ਲਵਾਂਗੇ ਜਿਹੜੇ ਵੀ ਸਟੂਡੈਂਟਸ ਨਵੇਂ ਆਏ ਆ ਜੀ ਉਹਨਾਂ ਨੂੰ ਮੈਂ ਦੱਸਣਾ ਚਾਹੁੰਨੀ ਆ ਕਿ ਇਸ YouTube ਚੈਨਲ ਤੇ ਮੈਂ ਨੋਟਸ ਪ੍ਰੋਵਾਈਡ ਕਰਵਾ ਰਹੀਆਂ ਜੀ B.Ed ਦੇ ਨਾਲ ਸੰਬੰਧਿਤ ਨਾਲ ਹੀ ਨਾਲ ਕੁਐਸਚਨ ਪੇਪਰ ਪ੍ਰੈਕਟੀਕਲ ਫਾਈਲਸ ਉਹਨਾਂ ਦਾ ਸਿਲੇਬਸ ਉਹ ਹਰ ਇੱਕ ਜਿਹੜੀ ਵੀਡੀਓ ਹੈ ਉਹ ਮੈਂ ਕਵਰ ਕਰ ਰਹੀਆਂ ਤੁਹਾਡੇ ਲਈ ਜ਼ਰੂਰ ਹੈਲਪਫੁਲ ਰਹਿਣਗੀਆਂ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਲਾਈਕ ਜ਼ਰੂਰ ਕਰਿਆ ਕਰੋ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਮੈਨੂੰ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਕਿਉਂਕਿ ਮੈਨੂੰ ਤੁਹਾਡੀਆਂ ਵੀਡੀਓਜ਼ ਤੁਹਾਡੇ ਕਮੈਂਟਸ ਤੋਂ ਮੈਨੂੰ ਜਿਹੜਾ ਮੋਟੀਵੇਸ਼ਨ ਮਿਲਦਾ ਹੈ ਤੇ ਮੈਂ ਹੋਰ ਵੀ ਵੀਡੀਓਜ਼ ਤੁਹਾਡੇ ਲਈ ਅਪਲੋਡ ਕਰ ਪਾਉਣੀ ਆ ਸੋ ਆਪਾਂ ਸਟਾਰਟ ਕਰਦੇ ਹਾਂ ਜੀ ਇੰਦੀਆਂ ਮੈਰਿਟਸ ਤੇ ਲਿਮਿਟੇਸ਼ਨਸ ਪਹਿਲਾ ਕਨਸੈਪਟ ਤੇ ਪ੍ਰੋਸੀਜਰਸ ਦੇਖ ਲਓ ਉਸ ਤੋਂ ਬਾਅਦ ਮੈਰਿਟ ਐਂਡ ਐਂਡ ਆਪਾਂ ਉਹਨੀਆਂ ਜਿਹੜੀਆਂ ਲਿਮਿਟੇਸ਼ਨਸ ਦੇ ਬਾਰੇ ਦੇ ਵਿੱਚ ਪੜਾਂਗੇ ਸੋ ਉਨਾ ਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਦੇਵਾਂਗੀ ਮੈਂ ਸੋ ਫਰਸਟ ਇਨ ਦਾ ਚਾਰਜ ਹੁੰਦਾ ਜੀ ਮੈਰਿਟਸ ਐਂਡ ਐਡਵਾਂਟੇਜ ਆਪਾਂ ਪੜਾਂਗੇ ਨੀਆ ਮੈਰਿਟਸ ਕੀ ਨੇ ਸੋ ਫਰਸਟ ਹੈ ਜੀ ਇਹ ਉਪਯੋਗੀ ਉਪਕਰਨ ਹੈ ਮਾਈਕਰੋ ਟੀਚਿੰਗ ਕੀ ਹੈ ਜੀ 5 5 ਤੋਂ ਲੈ ਕੇ 7 ਮਿੰਟ ਦੇ ਵਿੱਚ ਜਿਹੜਾ ਬੱਚਿਆਂ ਨੂੰ ਜਿਹੜਾ ਪੜਾਇਆ ਜਾਂਦਾ ਬਹੁਤ ਹੀ ਜਿਹੜਾ ਥੋੜੇ ਟਾਈਮ ਦੇ ਵਿੱਚ ਜਿਹੜੀ ਪ੍ਰੈਕਟਿਸ ਇੱਕ ਜਿਹੜੀ ਆ ਪੜਾਉਣ ਦੀ ਕੀਤੀ ਜਾਂਦੀ ਹੈ ਤੇ ਇਹ ਪ੍ਰੈਕਟਿਸ ਜੋ ਹੈ ਏਜ ਜੋ ਕਲਾਸ ਹੈ ਹੁੰਦੀ ਹੈ ਜਿਵੇਂ ਕਿ ਹੁਣ ਤੁਸੀਂ ਵੀ ਬੀਐਡ ਕਰ ਰਹੇ ਹੋ ਸੋ ਤੁਹਾਡੇ ਕਲਾਸ ਦੇ ਜਿਹੜੇ ਸਟੂਡੈਂਟਸ ਹੈ ਉਹਨਾਂ ਦੁਆਰਾ ਹੀ ਜਿਹੜਾ ਏ ਟੀਚਰ ਦੀ ਜਿਹੜੀ ਭੂਮਿਕਾ ਨਿਭਾਈ ਜਾਂਦੀ ਹੈ ਸਟੂਡੈਂਟਸ ਦੀ ਭੂਮਿਕਾ ਨਿਭਾਈ ਜਾਂਦੀ ਹੈ ਤੇ ਨਰੀਖਕ ਦੀ ਭੂਮਿਕਾ ਨਿਭਾਈ ਜਾਂਦੀ ਹੈ ਸੋ ਇਹਨਾਂ ਦੇ ਵਿੱਚ ਕੀ ਹੈ ਜੀ ਪ੍ਰੈਕਟਿਸ ਕੀਤੀ ਕਰਵਾਈ ਜਾਂਦੀ ਹੈ ਬੱਚਿਆਂ ਤੋਂ 5 ਤੋਂ 7 ਮਿੰਟ ਦੇ ਵਿੱਚ ਵਿੱਚ ਤੇ ਜੋ ਵੀ ਮਤਲਬ ਕਮੀਆਂ ਹੁੰਦੀਆਂ ਨੇ ਉਹਨਾਂ ਨੂੰ ਜਿਹੜਾ ਦੂਰ ਕਰਕੇ ਦੁਬਾਰਤੋਂ ਫਿਰ ਜਿਹੜਾ ਪ੍ਰੈਕਟਿਸ ਹੈ ਉਹ ਕਰਵਾਈ ਜਾਂਦੀ ਹੈ ਸੋ ਇਹਨਾਂ ਦੇ ਐਡਵਾਂਟੇਜ ਲਿਖਨੇ ਆ ਜੀ ਫਸਟ ਹੈ ਜੀ ਉਪਯੋਗੀ ਉਪਕਰਣ ਹੈ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਟੂਲ ਹੈ ਕਿਉਂਕਿ ਇਹਨਾਂ ਦੇ ਨਾਲ ਜੋ ਵੀ ਟੀਚਿੰਗ ਦੀਆਂ ਜੋ ਟੈਕਨੀਕਸ ਹੁੰਦੀਆਂ ਨੇ ਹੈਨਾ ਉਹਨਾਂ ਦੇ ਬਾਰੇ ਦੇ ਵਿੱਚ ਪਤਾ ਲੱਗਦਾ ਹੈ ਸਕਿੱਲ ਹੈ ਉਹਨਾਂ ਦੀ ਜਿਹੜੀ ਇੰਪਰੂਵਮੈਂਟ ਹੁੰਦੀ ਹੈ ਤੇ ਇੱਕ ਜਿਹੜੀ ਪ੍ਰੈਕਟਿਸ ਹੋ ਜਾਂਦੀ ਹੈ ਆਪਣੀ ਜਿਹੜੀ ਰੀਅਲ ਕਲਾਸ ਦੇ ਵਿੱਚ ਜਾਣ ਤੋਂ ਪਹਿਲਾਂ ਕਿ ਕਿਵੇਂ ਜਾ ਕੇ ਆਪਾਂ ਕਲਾਸ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਹੈ ਠੀਕ ਹੈ ਕਿਵੇਂ ਆਪਾਂ ਫੇਸ ਕਰਨਾ ਹੈ ਸੋ ਉਹ ਸਾਰਾ ਕੁਝ ਜਿਹੜਾ ਇਹਦੇ ਵਿੱਚ ਸਿਕਾਇਆ ਜਾਂਦਾ ਹੈ ਸੈਕੰਡ ਹੈ ਜੀ ਨਿਰੰਤਰ ਪੁਨਰਬਲ ਸੋ ਇਹਦੇ ਵਿੱਚ ਕੰਟੀਨਿਊਸ ਰੀਨਫੋਰਸਮੈਂਟ ਮਿਲਦੀ ਹੈ ਸੋ ਬਹੁਤ ਸਾਰੀ ਜਿਹੜੀ ਜਾਣਕਾਰੀ ਉਹ ਮਿਲਦੀ ਹੈ ਕਮੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਜਿਹੜਾ ਦੂਰ ਕੀਤਾ ਜਾਂਦਾ ਤੇ ਅਲੱਗ-ਅਲੱਗ ਜਿਹੜੀ ਭੂਮਿਕਾ ਹੈ ਉਹ ਇੱਕ ਬੱਚਾ ਇੱਕ ਜੋ ਸਟੂਡੈਂਟ ਹੈ ਪਿਪਲ ਟੀਚਰ ਹੈ ਉਹ ਨਿਭਾਉਂਦਾ ਹੈ ਥਰਡ ਹੈ ਜੀ ਆਪਣੇ ਅਧਿਆਪਨ ਕਾਰਜ ਦਾ ਵਿਸ਼ਲੇਸ਼ਣ ਹੋ ਪਉਂਦਾ ਹੈ ਸੋ ਇਹਦੇ ਵਿੱਚ ਕੀ ਹੈ ਕਿ ਜੋ ਵੀ ਟੀਚ ਕੀਤਾ ਗਿਆ ਕਲਾਸ ਦੇ ਵਿੱਚ ਜੋ ਜਿੰਦੀ ਵੀ ਜਿਹੜੀ ਆ ਰਿਕਾਰਡਿੰਗ ਕੀਤੀ ਜਾਂਦੀ ਹੈ ਟੇਪ ਰਿਕਾਰਡਿੰਗ ਕੀਤੀ ਜਾਂਦੀ ਹੈ ਸੋ ਵੀਡੀਓ ਬਣਾਈ ਜਾਂਦੀ ਹੈ ਸੋ ਜੋ ਟੀਚਿੰਗ ਆ ਉਸ ਪਿਪਲ ਟੀਚਰਸ ਦੇ ਦੁਆਰਾ ਜਿਹੜੀ ਕੀਤੀ ਗਈ ਹੈ ਉਹਦੇ ਜਿਹੜਾ ਵਿਸ਼ਲੇਸ਼ਣ ਉਹ ਕਰ ਪਾਉਂਦਾ ਆਪਣੀਆਂ ਕਮੀਆਂ ਨੂੰ ਉਹ ਜਾਣ ਪਾਉਂਦਾ ਕਿਉਂਕਿ ਉਹ ਵੀਡੀਓ ਦੇ ਜ਼ਰੀਆ ਜਿਹੜਾ ਦੇਖ ਪਾਉਂਦਾ ਕਿ ਕਿੱਥੇ ਜਿਹੜੀ ਮੈਨੂੰ ਇੰਪਰੂਵਮੈਂਟ ਦੀ ਜਿਹੜੀ ਮੇਰੀ ਲੋੜ ਹੈ ਠੀਕ ਹੈ ਆਪਣਾ ਵਿਸ਼ਲੇਸ਼ਣ ਕਰ ਪਾਉਂਦਾ ਕਿ 100 ਦੇ ਵਿੱਚੋਂ ਕਿੰਨੇ ਪਰਸੈਂਟ ਜਿਹੜਾ ਮੇਰਾ ਜਿਹੜੀ ਟੀਚਿੰਗ ਹੈ ਉਹ ਵਧੀਆ ਰਹੀ ਹੈ ਨੈਕਸਟ ਜਿਹੜੀ 4 ਨੰਬਰ ਤੇ ਅਧਿਆਪਕ ਲਈ ਫਾਇਦੇਮੰਦ ਅਧਿਆਪਕ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਜਿਨ੍ਹਾਂ ਨੇ ਕਿ ਜਿਹੜੀ ਟੀਚਰ ਜਿਹੜੀ ਫੀਲਡ ਦੇ ਵਿੱਚ ਜਾਣਾ ਬਹੁਤ ਜ਼ਿਆਦਾ ਫਾਇਦੇਮੰਦ ਹੈ ਕਿਉਂਕਿ ਇਹ ਰੀਅਲ ਕਲਾਸ ਦੇ ਵਿੱਚ ਜਾਣ ਤੋਂ ਪਹਿਲਾਂ ਜਿਹੜੀ ਪ੍ਰੈਕਟਿਸ ਹੈ ਉਹਨਾਂ ਨੂੰ ਜਿਹੜੀ ਕਾਲਜ ਦੇ ਵਿੱਚ ਹੀ ਜਿਹੜੀ ਕਰਵਾ ਦਿੱਤੀ ਜਾਂਦੀ ਹੈ ਤਾਂ ਜੋ ਜੋ ਵੀ ਜੋ ਵੀ ਨਵੀਂ ਸਿਲੈਕਸ਼ਨ ਹੁੰਦੀ ਹੈ ਜਿਨ੍ਹਾਂ ਟੀਚਰਸ ਦੀ ਹੈ ਨਾ ਜਿਨ੍ਹਾਂ ਨੇ ਜੋ ਬੀਐਡ ਕੀਤੀ ਹੈ ਸੋ ਉਹਨਾਂ ਦੇ ਜਦੋਂ ਪ੍ਰੈਕਟਿਸ ਹੋਈ ਹੁੰਦੀ ਹੈ ਤਾਂ ਉਹਨਾਂ ਨੂੰ ਜਿਹੜੀ ਕੋਈ ਵੀ ਜਿਹੜੀ ਮੁਸ਼ਕਲ ਨਹੀਂ ਆਉਂਦੀ ਕਲਾਸ ਦੇ ਵਿੱਚ ਜਾ ਕੇ ਪੜਾਉਣ ਤੇ ਸੋ ਇਸ ਕਰਕੇ ਇਹ ਅਧਿਆਪਕਾਂ ਦੇ ਲਈ ਜਿਹੜੀ ਹੈ ਅਧਿਆਪਕਾਂ ਦੇ ਲਈ ਜਿਹੜੀ ਹੈ ਬਹੁਤ ਹੀ ਜੜੀ ਬੈਨੀਫੀਸ਼ੀਅਲ ਹੈ ਕਿਉਂਕਿ ਇੱਕ ਜਿਹੜੀ ਪੂਰਾ ਜਿਹੜਾ ਡਾਰ ਹੈ ਜਿਹੜੀ ਪ੍ਰੈਕਟਿਸ ਹੈ ਉਹ ਜਿਹੜੀ ਪਹਿਲਾਂ ਹੀ ਜਿਹੜੀ ਵਿਦਿਆਰਥੀ ਦੀ ਹੋਈ ਹੁੰਦੀ ਹੈ ਉਸ ਟੀਚਰ ਦੀ ਹੋਈ ਹੁੰਦੀ ਹੈ ਸੋ ਫਾਈ ਨੰਬਰ ਹੈ ਜੀ ਅਧਿਆਪਨ ਤੇ ਕੇਂਦ੍ਰਿਤ ਹੈ ਪੂਰੀ ਤਰ੍ਹਾਂ ਨਾਲ ਕਿਉਂਕਿ ਇਹਦੇ ਵਿੱਚ ਜਿਹੜੀ ਹੈ ਟੀਚਿੰਗ ਦੀ ਜਿਹੜੀ ਪ੍ਰੈਕਟਿਸ ਹੈ ਉਹ ਹੀ ਕਰਵਾਈ ਜਾਂਦੀ ਹੈ ਇਸ ਕਰਕੇ ਇਹ ਜੋ ਮਾਈਕਰੋ ਟੀਚਿੰਗ ਇਹਦਾ ਪੂਰਾ ਪੂਰਾ ਜਿਹੜਾ ਫੋਕਸ ਹੈ ਜੀ ਉਹ ਦੇ ਅਧਿਆਪਨ ਤੇ ਆ ਅਧਿਆਪਕ ਨੇ ਜੋ ਧਿਆਪਨ ਕਰਨਾ ਹੁੰਦਾ ਕਲਾਸ ਦੇ ਵਿੱਚ ਪੜਾਉਣਾ ਹੁੰਦਾ ਉਹਦੇ ਤੇ ਇਹ ਜਿਹੜੀ ਕੇਂਦ੍ਰਿਤ ਹੈ 6 ਨੰਬਰ ਹੈ ਜੀ ਜਟਿਲਤਾ ਨੂੰ ਘੱਟ ਕਰਦੀ ਹੈ ਕਿਉਂਕਿ ਜਿਹੜੇ ਬਹੁਤ ਹੀ ਜਿਹੜੀ ਥੋੜੇ ਮਾਤਰਾ ਦੇ ਵਿੱਚ ਜਿਹੜੇ ਬੱਚੇ ਆ ਉਹ ਹੁੰਦੇ ਆ ਕਲਾਸ ਦੇ ਵਿੱਚ ਤੇ ਥੋੜਾ ਟਾਈਮ ਹੁੰਦਾ ਸੋ ਜਿੰਨੀਆਂ ਵੀ ਜਿਹੜੀਆਂ ਸਮੱਸਿਆਵਾਂ ਆਉਂਨਾ ਜਾਂ ਜੋ ਵੀ ਪਰੇਸ਼ਾਨੀਆਂ ਵਿਦਿਆਰਥੀ ਨੂੰ ਆਉਂਦੀਆਂ ਨੇ ਸੋ ਇਹ ਜੋ ਮਾਈਕਰੋ ਟੀਚਿੰਗ ਹੈ ਉਹ ਉਹਨਾਂ ਨੂੰ ਘੱਟ ਕਰਦੀ ਹੈ ਤੇ ਬੱਚਾ ਜਿਹੜਾ ਬਿਨਾਂ ਕਿਸੇ ਡਰ ਤੇ ਕਲਾਸ ਦੇ ਵਿੱਚ ਜਿਹੜਾ ਹੈ ਟੀਚਿੰਗ ਦੀ ਜਿਹੜੀ ਪ੍ਰੈਕਟਿਸ ਹੈ ਉਹ ਕਰ ਪਾਉਂਦਾ ਹੈ ਸੈਵਨ ਨੰਬਰ ਹੈ ਜੀ ਵਾਸਤਵਿਕ ਅਧਿਆਪਨ ਦੇ ਨਾਲ ਸੰਭਵ ਹੁੰਦਾ ਜੀ ਰੀਅਲ ਟੀਚਿੰਗ ਸੰਭਵ ਹੁੰਦੀ ਹੈ ਇੱਕ ਪ੍ਰਕਾਰ ਦਾ ਇਹ ਹੁੰਦਾ ਜਿਹੜਾ ਇਹ ਲਗਾ ਲਓ ਤੁਸੀਂ ਮਤਲਬ ਕਿ ਰੀਅਲ ਟੀਚਿੰਗ ਜਿਹੜਾ ਇਹਨੂੰ ਇਹ ਜਿਹੜੀ ਇੱਕ ਪੂਰੀ ਜਿਹੜੀ ਲੁੱਕ ਹੈ ਉਹ ਲੁੱਕ ਆ ਉਹ ਦੇ ਦਿੱਤੀ ਜਾਂਦੀ ਹੈ ਠੀਕ ਹੈ ਵਾਸਤਵਿਕ ਜਿਹੜਾ ਅਧਿਆਪਨ ਹੈ ਉਹ ਸੰਭਵ ਹੋ ਪਉਂਦਾ ਕਿਉਂਕਿ ਕਲਾਸ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਹੀ ਜਿਹੜਾ ਕੁਝ ਬੱਚੇ ਜਿਹੜੇ ਵਿਦਿਆਰਥੀ ਦੀ ਭੂਮਿਕਾ ਨਮੰਦਿਆ ਕੁਝ ਅਧਿਆਪਕ ਦੀ ਕੁਝ ਨਿਰਖਕ ਦੀ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਇੱਕ ਜਿਹੜਾ ਰੀਅਲ ਜਿਹੜੀ ਟੀਚਿੰਗ ਹੈ ਉਹ ਸੰਭਵ ਹੋ ਪਉਂਦੀ ਹੈ ਏ ਨੰਬਰ ਹੈ ਜੀ ਅਧਿਆਪਕ ਦੇ ਵਿਵਹਾਰ ਦੇ ਵਿੱਚ ਸੁਧਾਰ ਹੁੰਦਾ ਜੋ ਵੀ ਜੋ ਕਮੀਆਂ ਨੇ ਜੋ ਵੀ ਸਮੱਸਿਆਵਾਂ ਨੇ ਠੀਕ ਹੈ ਉਹਨਾਂ ਸਭ ਦੇ ਜਿਹੜਾ ਹੈ ਉਹਨਾਂ ਸਾਬ ਜਿਹੜੀਆਂ ਦੂਰ ਹੁੰਦੀਆਂ ਨੇ ਤੇ ਇੱਕ ਅਧਿਆਪਨ ਦੇ ਜਿਹੜਾ ਵਿਹਾਰ ਦੇ ਵਿੱਚ ਜਿਹੜਾ ਸੁਧਾਰ ਹੈ ਸਾਨੂੰ ਉਹ ਦੇਖਣ ਨੂੰ ਮਿਲਦਾ ਇਸ ਮਾਈਕਰੋ ਟੀਚਿੰਗ ਦੇ ਦੁਆਰਾ ਕਿਉਂਕਿ ਇੱਕ ਜੋ ਵੀ ਟੀਚਰ ਪੀਪਲ ਟੀਚਰ ਹੈ ਉਹ ਪ੍ਰੈਕਟਿਸ ਕਰ ਰਿਹਾ ਹੈ ਤਾਂ ਉਸ ਤੋਂ ਬਾਅਦ ਉਹਨੂੰਆਂ ਜਿਹੜੀਆਂ ਕਮੀਆਂ ਆ ਉਹਨਾਂ ਤੋਂ ਉਹਨੂੰ ਜਾਣੂ ਕਰਵਾਇਆ ਜਾਂਦਾ ਤੇ ਦੁਬਾਰ ਤੋਂ ਫਿਰ ਪ੍ਰੈਕਟਿਸ ਕਰਵਾਈ ਜਾਂਦੀ ਹੈ ਜਿੰਨਾ ਡੈਮੋ ਕਮੀਆਂ ਜਿਹੜੀਆਂ ਦੂਰ ਨਹੀਂ ਕਰ ਲੈਂਦਾ ਉਹਨਾਂ ਟਾਈਮ ਜਿਹੜੀ ਉਹਦੀ ਪ੍ਰੈਕਟਿਸ ਕਰਵਾਈ ਜਾਂਦੀ ਹੈ ਤੇ ਇਸੇ ਦੇ ਨਾਲ ਹੀ ਅਧਿਆਪਕ ਦੇ ਵਿਹਾਰ ਦੇ ਵਿੱਚ ਜਿਹੜਾ ਸੁਧਾਰ ਹੈ ਉਹ ਹੁੰਦਾ ਹੈ ਅਧਿਆਪਨ ਕੌਸ਼ਲ ਦਾ ਗਿਆਨ ਇਹਦੇ ਨਾਲ ਜਿਹੜਾ ਟੀਚਿੰਗ ਸਕਿਲਸ ਨੋਲਿਜ ਆਫ ਟੀਚਿੰਗ ਸਕਿਲਸ ਅਧਿਆਪਨ ਕੌਸ਼ਲ ਦਾ ਵੀ ਜਿਹੜਾ ਗਿਆਨ ਹੈ ਉਹ ਇੱਕ ਜਿਹੜਾ ਪੀਪਲ ਟੀਚਰ ਹੈ ਉਹ ਲੈਪ ਹੁੰਦਾ ਹੈ ਇੱਕ ਅਧਿਆਪਕ ਲੈਪ ਹੁੰਦਾ ਹੈ ਨੋਲਿਜ ਆਫ ਟੀਚਿੰਗ ਸਕਿਲਸ ਦੀ ਨੈਕਸਟ ਹੈ ਜੀ ਅਧਿਆਪਨ ਕੌਂਸਲਾਂ ਦਾ ਵਿਕਾਸ ਵਿਕਾਸ ਵੀ ਹੁੰਦਾ ਹੈ ਇਹਦੇ ਨਾਲ ਜਿਵੇਂ ਕਿ ਇੰਟਰੋਡਕਸ਼ਨ ਜਿਵੇਂ ਕਲਾਸ ਦੇ ਵਿੱਚ ਹੈ ਨਾ ਉਹ ਕਿਵੇਂ ਆਪਾਂ ਦੇਣੀ ਹੈ ਕੋਸਨਿੰਗ ਆਪਾਂ ਕਿਵੇਂ ਕਰਨੀ ਹੈ ਐਕਸਪਲੇਨ ਕਿਸੇ ਚੀਜ਼ ਨੂੰ ਕਿਵੇਂ ਕਰਨਾ ਰੀਇਨਫੋਰਸਮੈਂਟ ਕਿਵੇਂ ਆ ਹੈਨਾ ਵੈਰੀ ਵੈਰੀਏਸ਼ਨ ਕਿਵੇਂ ਆ ਸੋ ਇਹ ਸਭ ਦੇ ਬਾਰੇ ਦੇ ਵਿੱਚ ਜਿਹੜਾ ਇੱਕ ਪਿਪਲ ਟੀਚਰ ਹੈ ਉਹਨੂੰ ਜਿਹੜਾ ਗਿਆਨ ਹਾਸਲ ਹੁੰਦਾ ਹੈ ਤੇ ਇਹਨਾਂ ਦਾ ਜਿਹੜਾ ਵਿਕਾਸ ਵੀ ਹੁੰਦਾ ਹੈ ਕਿਉਂਕਿ ਵਾਰ-ਵਾਰ ਜਿਹੜੀ ਉਹ ਪਿਪਲ ਟੀਚਰਾਂ ਨੂੰ ਜਿਹੜੀ ਪ੍ਰੈਕਟਿਸ ਆ ਉਹ ਕਰਵਾਈ ਜਾਂਦੀ ਹੈ ਤੇ ਪ੍ਰੈਕਟਿਸ ਦੇ ਨਾਲ ਜਿਹੜਾ ਉਹ ਸਹੀ ਜਿਹੜੀ ਟੀਚਿੰਗ ਕਰਨੀ ਹੈ ਉਹ ਸਿੱਖ ਪਾਉਂਦਾ ਹੈ 11 ਨੰਬਰ ਤੇ ਹੈ ਜੀ ਵਿਦਿਆਰਥੀ ਅਧਿਆਪਕ ਦੇ ਲਈ ਉਪਜੋਗੀ ਹੈ ਜੀ ਬੈਨੀਫੀਸ਼ੀਅਲ ਫॉर ਪੀਪਲ ਟੀਚਰ ਸੋ ਵਿਦਿਆਰਥੀ ਅਧਿਆਪਕ ਦੇ ਲਈ ਬਹੁਤ ਹੀ ਜ਼ਿਆਦਾ ਜਿਹੜਾ ਬੈਨੀਫੀਸ਼ੀਅਲ ਹੈ ਜੀ ਇਹ ਕਿਉਂਕਿ ਇਹਦੇ ਨਾਲ ਜਿਹੜਾ ਹੈ ਉਹ ਇੱਕ ਜਿਹੜਾ ਰੀਅਲ ਜਿਹੜਾ ਟੀਚਰ ਦੀਆਂ ਜਿਹੜੀਆਂ ਭੂਮਿਕਾ ਨਿਭਾਉਣੀਆਂ ਸਿੱਖਦਾ ਹੈ 12 ਨੰਬਰ ਤੇ ਹੈ ਜੀ ਅਧਿਆਪਨ ਅਭਿਆਸ ਨੂੰ ਨਿਜਮਤ ਕਰਨਾ ਸੋ ਇਹਦੇ ਨਾਲ ਕੀ ਹੈ ਇੰਦੇ ਨਾਲ ਜੀ ਵਾਰ-ਵਾਰ ਜਿਹੜੀ ਹੈ ਪ੍ਰੈਕਟਿਸ ਹੈ ਉਹ ਕਰਵਾਈ ਜਾਂਦੀ ਹੈ ਸੋ ਨਿਯਮਤ ਮਤਲਬ ਕਿ ਉਹ ਜਦੋਂ ਅਭਿਆਸ ਕਰਵਾਇਆ ਜਾਂਦਾ ਤਾਂ ਫਿਰ ਜਿਹੜਾ ਪ੍ਰੈਕਟੀਕਲ ਜੋ ਬੱਚੇ ਨੂੰ ਆਪਾਂ ਨੌਲੇਜ ਮਿਲਦੀ ਹੈ ਤਾਂ ਉਹ ਜਿਹੜੀ ਪਰਮਨੈਂਟ ਬੱਚੇ ਦੇ ਜੋ ਮਾਈਂਡ ਦੇ ਵਿੱਚ ਉਹ ਸੇਵ ਹੋ ਜਾਂਦੀ ਹੈ ਸੋ ਇਹਦੇ ਵਿੱਚ ਵੀ ਜਿਹੜੀ ਮਾਈਕਰੋ ਟੀਚਿੰਗ ਆਪਣੀ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ 30 ਨੰਬਰ ਤੇ ਹੈ ਜੀ ਅਧਿਆਪਨ ਨਿਪੁੰਨਤਾ ਦਾ ਵਿਕਾਸ ਹੁੰਦਾ ਹੈ ਇਹਦੇ ਨਾਲ ਜਿਹੜੀ ਹੈ ਐਫੀਸ਼ੀਐਂਸੀ ਆਉਂਦੀ ਹੈ ਡਿਵੈਲਪਿੰਗ ਟੀਚਿੰਗ ਐਫੀਸ਼ੀਐਂਸੀ ਆਉਂਦੀ ਹੈ ਸੋ ਅਧਿਆਪਕ ਨੰਪੂਰਤਾ ਦਾ ਵਿਕਾਸ ਹੀ ਹੁੰਦਾ ਨਾ ਜਿਹੜੇ ਵਧੀਆ ਜਿਹੜੇ ਗੁਣ ਐ ਜੋ ਇੱਕ ਟੀਚਰ ਦੇ ਲਈ ਜਿਹੜੇ ਜ਼ਰੂਰੀ ਨੇ ਟੀਚਿੰਗ ਲਈ ਜ਼ਰੂਰੀ ਨੇ ਉਹਨਾਂ ਦਾ ਵਿਕਾਸ ਹੁੰਦਾ ਹੈ 14 ਨੰਬਰ ਤੇ ਆ ਜੀ ਨਪੂਨ ਅਧਿਆਪਕਾਂ ਦਾ ਨਿਰਮਾਣ ਸੰਭਵ ਬੰਦਾ ਹੈ ਸੋ ਇਹਦੇ ਨਾਲ ਕੀ ਹੁੰਦਾ ਹੈ ਸਮਾਈਕਰੋ ਟੀਚਰ ਨਾਲ ਨਪੂਨ ਜੋ ਗੁਣਾ ਵਾਲੇ ਜੋ ਅਧਿਆਪਕ ਹੁੰਦੇ ਨੇ ਉਹ ਜਿਹੜੇ ਆ ਉਹਨਾਂ ਦਾ ਜਿਹੜਾ ਨਿਰਮਾਣ ਹੋਪੁੰਦਾ ਹੈ ਉਹ ਜਿਹੜੇ ਟੀਚਰ ਹੈ ਉਹ ਮਤਲਬ ਕਿ ਨਿਰਮਾਣ ਜਿਹੜਾ ਸੰਭਵ ਹੋਪੁੰਦਾ ਇੰਪਰੂਵਿੰਗ ਟੀਚਿੰਗ ਜਿਹੜੀ ਪ੍ਰੈਕਟਿਸ ਹੁੰਦੀ ਹੈ ਨਿਪੁੰਨ ਜਿਹੜੇ ਟੀਚਰ ਹੈ ਉਹਨਾਂ ਦੀ ਆਪਾਂ ਜਿਹੜੀ ਡਿਵੈਲਪਮੈਂਟ ਹੈ ਮਾਈਕਰੋ ਟੀਚਿੰਗ ਦੇ ਰਾਹੀਂ ਕਰ ਸਕਦੇ ਹਾਂ ਵਿਅਕਤੀਗਤ ਅਧਿਆਪਨ ਇੰਡੀਵਿਜੂਅਲ ਟ੍ਰੇਨਿੰਗ ਵੀ ਹੈ ਇਹ ਆਪਣਾ ਖੁਦ ਦੀ ਵੀ ਜਿਹੜੀ ਇੱਕ ਵਿਅਕਤੀਗਤ ਅਧਿਆਪਨ ਵੀ ਹੁੰਦਾ ਇੱਕ ਪ੍ਰਕਾਰ ਦੀ ਜਿਹੜੀ ਟ੍ਰੇਨਿੰਗ ਹੈ ਇੱਕ ਉਹ ਲੈਂਦਾ ਹੈ ਪਿਊਪਲ ਟੀਚਰ ਉਹ ਆਪਦੀਆਂ ਜਿਹੜੀਆਂ ਕਮੀਆਂ ਨੇ ਆਪਦੀ ਜੋ ਇੱਕ ਜਿਹੜਾ ਕੰਫੀਡੈਂਸ ਆ ਉਹਦੇ ਵਿੱਚ ਜਿਹੜਾ ਬਿਲਡ ਹੈ ਉਹ ਹੁੰਦਾ ਹੈ ਹੈਨਾ ਆਪਣੀਆਂ ਕਮੀਆਂ ਨੂੰ ਜਿਹੜਾ ਉਹ ਦੂਰ ਕਰਨ ਦੀ ਜਿਹੜੀ ਕੋਸ਼ਿਸ਼ ਹੈ ਇਸ ਦੇ ਵਿੱਚ ਕਰਦਾ ਹੈ ਵਿਅਕਤੀਗਤ ਅਧਿਆਪਨ ਨੈਕਸਟ ਆ ਜੀ ਇਹ ਸੀਆਂ ਜੀ ਇਹਦੇ 15 ਪੁਆਇੰਟਸ ਮੈਂ ਤੁਹਾਨੂੰ ਕਰਵਾਏ ਆ ਜੀ ਮੈਰਿਟਸ ਤੇ ਹੁਣ ਆਪਾਂ ਕਰਾਂਗੇ ਜੀ ਡੀ ਮੈਰਿਟ ਸੋ ਡੀ ਮੈਰਿਟਸ ਐਂਡ ਲਿਮਿਟੇਸ਼ਨਸ ਆਫ ਮਾਈਕਰੋ ਟੀਚਿੰਗ ਫਰਸਟ ਹੈ ਜੀ ਅਸਲੀਅਤ ਤੋਂ ਦੂਰ ਹੈ ਜੀ 노 ਰਿਐਲਿਟੀ ਹੈ ਇਸ ਕਰਕੇ ਕਿਹਾ ਜਾਂਦਾ ਕਿ ਕਿਉਂਕਿ ਇਹਦੇ ਵਿੱਚ ਜੋ ਹੈ ਕਲਾਸ ਦੇ ਜੋ ਬੱਚੇ ਹੁੰਦੇ ਨੇ ਠੀਕ ਹੈ ਉਹੀ ਟੀਚਰ ਦੀ ਭੂਮਿਕਾ ਨਿਭਾਉਂਦੇ ਉਹ ਹੀ ਸਟੂਡੈਂਟ ਦੀ ਤੇ ਉਹ ਹੀ ਜਿਹੜੇ ਨਰੀਖਕ ਦੇ ਸੋ ਇੱਥੇ ਕੀ ਹੋ ਜਾਂਦਾ ਕਿ ਕਈ ਵਾਰੀ ਜਿਹੜਾ ਹੈ ਉਹ ਜਿਹੜਾ ਬੱਚੇ ਆ ਵਿਦਿਆਰਥੀ ਉਸ ਚੀਜ਼ ਨੂੰ ਜਿਹੜਾ ਸੀਰੀਅਸ ਹੈ ਉਹ ਨਹੀਂ ਲੈਂਦੇ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਕਿ ਇਹ ਤਾਂ ਇੱਕ ਪ੍ਰਕਾਰ ਦਾ ਅ ਪ੍ਰਕਾਰ ਦੀ ਮਤਲਬ ਕਿ ਸਾਨੂੰ ਸਿਖਾਉਣ ਦੇ ਲਈ ਜਿਹੜੀ ਚੀਜ਼ ਆ ਸਿਖਾਉਣ ਦੇ ਲਈ ਸਾਨੂੰ ਜਿਹੜੀ ਆ ਪ੍ਰੈਕਟਿਸ ਆ ਉਹ ਕਰਵਾਈ ਜਾਦੀ ਹੈ ਤੇ ਕਈ ਵਾਰ ਜਿਹੜੇ ਬੱਚੇ ਉਹ ਸੀਰੀਅਸ ਨਹੀਂ ਲੈਂਦੇ ਉਹ ਜਿਹੜੀ ਰਿਐਲਿਟੀ ਹੈ ਉਹ ਜਿਹੜੀ ਆ रियलिटी ਦੇ ਤਰੀਕੇ ਦੇ ਨਾਲ ਜਿਹੜਾ ਚੀਜ਼ ਜਿਹੜੀ ਸੰਭਵ ਹੈ ਜੇ ਪੋਸੀਬਲ ਹੈ ਉਹ ਨਹੀਂ ਹੋ ਪਉਂਦੀ। ਸੈਕਿੰਡ ਨੰਬਰ ਤੇ ਜੀ ਖਰਚੀਲੀ ਪ੍ਰਣਾਲੀ ਆ ਕੋਸਟਲੀ ਪ੍ਰੋਸੈਸ ਹੈ ਕਿਉਂਕਿ ਬਹੁਤ ਸਾਰਾ ਜਿਹੜੇ ਸਮਾਨ ਦੀ ਇੱਥੇ ਜਿਹੜੀ ਜ਼ਰੂਰਤ ਹੈ ਉਹ ਪੈਂਦੀ ਹੈ ਜਿਵੇਂ ਕਿ ਟੇਪ ਰਿਕਾਰਡਡ ਵੀਡੀਓ ਆਡੀਓ ਵਗੈਰਾ ਸੋ ਇਹਨ ਦੇ ਕਰਕੇ ਵੀ ਜਿਹੜੀ ਬਹੁਤ ਸਾਰੇ ਸਮਾਨ ਦੀ ਜਿਹੜੀ ਜ਼ਰੂਰਤ ਪੈਂਦੀ ਹੈ ਇਸ ਕਰਕੇ ਜਿਹੜੀ ਇਹਨੂੰ ਖਰਚੀਲੀ ਪ੍ਰਣਾਲੀ ਵੀ ਕਿਹਾ ਗਿਆ ਹੈ। ਥਰਡ ਨੰਬਰ ਤੇ ਹੈ ਜੀ ਸੰਕੁਚਿਤ ਖੇਤਰ ਜਿਸ ਦਾ ਨੈਰੋਸਕੋਪ ਹੈ ਬਹੁਤ ਹੀ ਜ਼ਿਆਦਾ ਜਿਹੜਾ ਇਹਦਾ ਖੇਤਰ ਹੈ ਉਹ ਛੋਟਾ ਹੈ। ਥੋੜਾ ਜਿਹਾ ਟਾਈਮ ਹੁੰਦਾ ਥੋੜੇ ਜੇ ਬੱਚੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇਹ ਜਿਹੜੀ ਇਹ ਵਾਲੀ ਜਿਹੜੀ ਪ੍ਰੈਕਟਿਸ ਆ ਉਹ ਕਰਵਾਈ ਜਾਂਦੀ ਹੈ ਤੇ ਇਸੇ ਕਰਕੇ ਜਿਹੜਾ ਇਹਦਾ ਜਿਹੜਾ ਸਕੋਪ ਹੈ ਇਹਦਾ ਜਿਹੜਾ ਖੇਤਰ ਲਗਾ ਲਓ ਜੀ ਉਹ ਨੈਰੋ ਹੈ ਨੈਕਸਟ ਜੀ ਟਾਈਮ ਟੇਬਲ ਵਿੱਚ ਬਾਦਿਕ ਹੈ ਕਿਉਂਕਿ ਇਹਨੂੰ ਜਿਹੜਾ ਸਾਰੇ ਬੱਚਿਆਂ ਨੂੰ ਜਿਹੜੀ ਪ੍ਰੈਕਟਿਸ ਕਰਵਾਉਣੀ ਹੈ ਟੀਚਿੰਗ ਦੀ ਉਹ ਬਹੁਤ ਹੀ ਜ਼ਿਆਦਾ ਜਿਹੜੀ ਡਿਫਿਕਲਟ ਹੈ ਉਹ ਹੋ ਜਾਂਦੀ ਹੈ ਸੋ ਹਰੇਕ ਵਿਦਿਆਰਥੀ ਨੂੰ ਵਾਰ-ਵਾਰ 5 ਤੋਂ 10 ਮਿੰਟ ਦਾ ਜਿਹੜਾ ਟਾਈਮ ਦੇਣਾ ਹੈ ਉਹ ਬਹੁਤ ਹੀ ਜ਼ਿਆਦਾ ਜਿਹੜਾ ਔਖਾ ਏ ਉਹ ਹੋ ਜਾਂਦਾ ਹੈ ਸੋ ਟਾਈਮ ਟੇਬਲ ਦੇ ਵਿੱਚ ਬਹੁਤ ਹੀ ਜ਼ਿਆਦਾ ਇਹਨੂੰ ਜਿਹੜਾ ਸੈੱਟ ਕਰਨਾ ਸਾਰੇ ਸਟੂਡੈਂਟਸ ਦੇ ਲਈ ਬਹੁਤ ਹੀ ਜ਼ਿਆਦਾ ਔਖਾ ਏ ਠੀਕ ਹੈ ਨੈਕਸਟ ਹੈ ਜੀ ਬਹੁਤ ਥੋੜਾ ਸਮਾਂ ਸਮਾਂ ਵੀ ਜਿਹੜਾ ਬਹੁਤ ਥੋੜਾ 5 ਤੋਂ 10 ਮਿੰਟ ਹੈ ਸਿਰਫ ਸੋ 6 ਨੰਬਰ ਤੇ ਜੀ ਨੋ ਨੋ ਟ੍ਰੇਨਡ ਸੁਪਰਵਾਈਜ਼ਰਸ ਕਹਿੰਦੇ ਜਿਹੜੇ ਸੁਪਰਵਾਈਜ਼ਰਸ ਹੈ ਜੋ ਸਪਰਵਾਈਜ਼ਿੰਗ ਕਰਦੇ ਆ ਉਹ ਕੋਈ ਉਹਨਾਂ ਨੂੰ ਜਿਹੜੀ ਟ੍ਰੇਨਿੰਗ ਨਹੀਂ ਹੁੰਦੀ ਬਸ ਉਹ ਆਪਣੇ ਅਕੋਰਡਿੰਗ ਹੀ ਜਿਹੜੀ ਆ ਨੋਟ ਆ ਉਹ ਕਰ ਲੈਂਦੇ ਨੇ ਕਿਉਂਕਿ ਉਹ ਵੀ ਜਿਹੜੇ ਆ ਕਲਾਸ ਦੇ ਜਿਹੜੇ ਵਿਦਿਆਰਥੀ ਹੀ ਹੁੰਦੇ ਨੇ ਸੋ ਨੋ ਟ੍ਰੇਨ ਕੋਈ ਵੀ ਜੇਕਰ ਬਾਰੋ ਵੀ ਕੋਈ ਸੁਪਰਵਾਈਜ਼ਰ ਲੈਂਦੇ ਆ ਤਾਂ ਉਹ ਵੀ ਕੋਈ ਜ਼ਿਆਦਾ ਕੋਈ ਟ੍ਰੇਨ ਨਹੀਂ ਹੁੰਦੇ ਉਹਨਾਂ ਨੇ ਵੀ ਜਿਹੜਾ ਮਾਈਕ੍ਰੋ ਟੀਚਿੰਗ ਦੇ ਬਾਰੇ ਦੇ ਵਿੱਚ ਨੌਲੇਜ ਨਹੀਂ ਹੁੰਦੀ ਸਾਮ ਨੰਬਰ ਜੀ ਸਾਧਨਾਂ ਦਾ ਹੋਣਾ ਬਹੁਤ ਜ਼ਰੂਰੀ ਬਹੁਤ ਸਾਡੇ ਜਿਹੜੇ ਸਾਧਨਾਂ ਦੀ ਜਿਹੜੀ ਜ਼ਰੂਰਤ ਹੈ ਉਹ ਪੈਂਦੀ ਹੈ ਜੀ ਮਾਈਕਰੋ ਟੀਚਿੰਗ ਦੀ ਪ੍ਰੈਕਟਿਸ ਦੇ ਲਈ ਸੋਨਾ ਸਾਧਨਾਂ ਤੋਂ ਬਗੈਰ ਜਿਹੜੀ ਮਾਈਕਰੋ ਟੀਚਿੰਗ ਹੈ ਜੀ ਉਹ ਪੋਸੀਬਲ ਹੀ ਨਹੀਂ ਹੋ ਪੌਂਦੀ 8 ਨੰਬਰ ਦੀ ਕੌਸ਼ਲ ਨਾਲ ਸਿਰਫ ਸਬੰਧ ਕੰਟੈਂਟ ਤੇ ਧਿਆਨ ਨਹੀਂ ਇਹਦੇ ਵਿੱਚ ਕੀ ਹੈ ਸਿਰਫ ਜਿਹੜਾ ਕੌਸ਼ਲ ਹੈ ਜੋ ਸਕਿਲਸ ਹੈ ਉਹਨਾਂ ਨੂੰ ਜਿਹੜਾ ਇੰਪਰੂਵਮੈਂਟ ਜਿਹੜੀ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾਂਦੀ ਹੈ ਕੰਟੈਂਟ ਜੋ ਵੀ ਕਲਾਸ ਦੇ ਵਿੱਚ ਜੋ ਵੀ ਪੜਾਇਆ ਜਾਂਦਾ ਹੈ ਹਨ ਉਹਦੇ ਤੇ ਜਿਹੜਾ ਬਿਲਕੁਲ ਵੀ ਜਿਹੜਾ ਧਿਆਨ ਹੈ ਉਹ ਨਹੀਂ ਦਿੱਤਾ ਜਾਂਦਾ ਸਿਰਫ ਜਿਹੜਾ ਸਕਿੱਲ ਤੇ ਹੀ ਜਿਹੜੀ ਪੂਰੀ ਜਿਹੜੀ ਪ੍ਰੈਕਟਿਸ ਹੈ ਉਹ ਕਰਵਾਈ ਜਾਂਦੀ ਹੈ 9 ਨੰਬਰ ਹੈ ਜੀ ਲੈਕ ਆਫ ਫਾਈਨੈਂਸ਼ੀਅਲ سپورਟ ਪੈਸੇ ਦੀ ਜਰੀਏ ਤੇ ਜਿਹੜੀ ਕਮੀ ਹੈ ਉਹ ਵੀ ਸਾਨੂੰ ਦੇਖਣ ਨੂੰ ਮਿਲਦੀ ਹੈ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਸਾਧਨਾਂ ਦੀ ਜਿਹੜੇ ਦੀ ਜ਼ਰੂਰਤ ਸਾਨੂੰ ਪੈਂਦੀ ਹੈ ਸੋ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ ਜੀ ਮਾਈਕਰੋ ਟੀਚਿੰਗ ਦੇ ਦੀ ਪ੍ਰੈਕਟਿਸ ਕਰਵਾਉਣ ਦੇ ਲਈ ਉਹ ਵੀ ਸਾਨੂੰ ਜਿਹੜੀ ਕਮੀ ਹੈ ਉਹ ਦੇਖਣ ਨੂੰ ਮਿਲਦੀ ਹੈ ਕਈ ਵਾਰੀ ਜਿਹੜੀਆਂ ਅਸੀਂ ਜਿਹੜੀ ਪੈਸੇ ਦੀ ਕਮੀ ਦੇ ਕਰਕੇ ਜਿਹੜੇ ਕਾਲਸ ਲਗਾ ਲੋ ਜਾਂ ਜਿੱਥੇ ਪ੍ਰੈਕਟਿਸ ਕਰਵਾਈ ਜਾਂਦੀ ਹੈ ਉਥੇ ਪੈਸੇ ਦੀ ਕਮੀ ਦੇ ਕਰਕੇ ਜਿਹੜਾ ਕੁਝ ਜਿਹੜਾ ਸਮਾਨ ਉਹ ਨਹੀਂ ਖਰੀਦਿਆ ਜਾਂਦਾ ਤਾਂ ਉੱਥੇ ਵੀ ਜਿਹੜੇ ਮਾਈਕਰੋ ਟੀਚਿੰਗ ਆ ਪੋਸੀਬਲ ਨਹੀਂ ਹੋ ਪਉਂਦੀ ਟਾਈਮ ਵੇਸਟ ਜਿਹੜਾ ਪ੍ਰੋਸੈਸ ਹੈ ਬਹੁਤ ਜ਼ਿਆਦਾ ਜਿਹੜਾ ਟਾਈਮ ਵੇਸਟ ਹੋ ਜਾਂਦਾ ਕਈ ਵਾਰ ਤਾਂ ਕਈ ਵਿਦਿਆਰਥੀਆਂ ਨੂੰ ਜਿਹੜਾ ਮੌਕਾ ਹੀ ਨਹੀਂ ਮਿਲਦਾ ਇੱਕ ਵਿਦਿਆਰਥੀ ਦੀਆਂ ਕਮੀਆਂ ਨੂੰ ਜਿਹੜਾ ਦੂਰ ਹੈ ਉਹ ਵਾਰ-ਵਾਰ ਜਿਹੜੀ ਪ੍ਰੈਕਟਿਸ ਆ ਕਰਵਾਈ ਜਾਂਦੀ ਹੈ ਇਸ ਕਰਕੇ ਬਹੁਤ ਜ਼ਿਆਦਾ ਜਿਹੜਾ ਟਾਈਮ ਵੀ ਵੇਸਟ ਹੋ ਜਾਂਦਾ ਹੈ ਸਿਰਫ ਇਹ ਹੀ ਚੰਗਾ ਧਿਆਪਨ ਵਾਲੇ ਗੁਣ ਨਹੀਂ ਪੈਦਾ ਕਰ ਸਕਦਾ ਸਿਰਫ ਆਪਾਂ ਕਹੀਏ ਵੀ ਮਾਈਕਰੋ ਟੀਚਿੰਗ ਹੀ ਇਹ ਮਤਲਬ ਕਿ ਗੁੱਡ ਜੋ ਟੀਚਿੰਗ ਹੈ ਉਹਦੇ ਜਿਹੜੇ ਗੁਣ ਹੈ ਉਹ ਪੈਦਾ ਕਰਦੇ ਅਜਿਆ ਨਹੀਂ ਹੈ ਸਿਰਫ ਇਹ ਜਿਹੜਾ ਮਾਈਕਰੋ ਟੀਚਿੰਗ ਹੀ ਜਿਹੜੇ ਚੰਗੇ ਅਧਿਆਪਨ ਵਾਲੇ ਜਿਹੜੇ ਗੁਣ ਹੈ ਉਹ ਪੈਦਾ ਨਹੀਂ ਕਰ ਸਕਦਾ 12 ਨੰਬਰ ਤੇ ਜੀ ਕਈ ਵਾਰ ਸਹੀ ਤਰ੍ਹਾਂ ਨਾਲ ਵਿਦਿਆਰਥੀ ਅਧਿਆਪਕ ਨੂੰ ਅਬਜ਼ਰਵ ਨਹੀਂ ਕਰ ਪਾਉਂਦਾ ਸੋ ਜੋ ਵੀ ਅਬਜ਼ਰਵ ਕਰਦੇ ਨੇ ਕਈ ਵਾਰ ਕੀ ਹੁੰਦਾ ਕਿ ਸਹੀ ਤਰੀਕੇ ਨਾਲ ਜਿਹੜਾ ਵਿਦਿਆਰਥੀ ਅਧਿਆਪਕ ਜੋ ਵੀ ਟੀਚ ਕਰ ਰਿਹਾ ਹੁੰਦਾ ਕਈ ਵਾਰ ਸਹੀ ਤਰੀਕੇ ਦੇ ਨਾਲ ਉਹ ਜਿਹੜਾ ਅਬਜ਼ਰਵ ਹੈ ਉਹ ਨਹੀਂ ਕੀਤਾ ਜਾਂਦਾ ਉਹਨੀਆਂ ਜਿਹੜੀਆਂ ਸਹੀ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਜਿਹੜਾ ਨੋਟ ਹੈ ਨਹੀਂ ਕੀਤਾ ਜਾਂਦਾ ਇੱਥੇ ਆਪਾਂ ਕਹਿ ਸਕਦੇ ਆ ਜੀ ਨੋ ਟ੍ਰੇਨਡ ਸੁਪਰਵਾਈਜ਼ਰ 30 ਨੰਬਰ ਤੇ ਜੇ ਘੱਟ ਵਿਦਿਆਰਥੀ ਅਧਿਆਪਕ ਬੱਚੜੇ ਬੱਚੇ ਨੇ ਜਿਹੜੇ ਆ ਉਹ ਜਿਹੜੇ ਬਹੁਤ ਹੀ ਜ਼ਿਆਦਾ ਜਿਹੜੇ ਥੋੜੇ ਹੁੰਦੇ ਨੇ ਸੋ ਉਹਨੂੰ ਆਪਾਂ ਰੀਅਲ ਜਿਹੜੀ ਕਲਾਸ ਹੈ ਉਹ ਨਹੀਂ ਕਹਿ ਸਕਦੇ ਸੋ ਇਸ ਕਰਕੇ ਘੱਟ ਵਿਦਿਆਰਥੀ ਅਧਿਆਪਕਿੰਦੇ ਵਿੱਚ ਜਿਹੜੇ ਸ਼ਾਮਲ ਕੀਤੇ ਜਾਂਦੇ ਨੇ ਸੋ ਬੱਚੇ ਦਾ ਜਿਹੜਾ ਕੰਫੀਡੈਂਸ ਬਿਲਡ ਕਰਨ ਦੇ ਲਈ ਜਿਹੜੇ ਵਿਦਿਆਰਥੀਆਂ ਦੀ ਗਿਣਤੀ ਆ ਉਹ ਜ਼ਿਆਦਾ ਚਾਹੀਦੀ ਆ 40 ਨੰਬਰ ਤੇ ਅਜੀ ਵਿਦਿਆਰਥੀ ਅਧਿਆਪਕ ਜਦ ਬੱਚੇ ਇਸ ਮਾਈਕਰੋ ਟੀਚਿੰਗ ਮੈਥਡ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਸੋ ਇਹਦੇ ਵਿੱਚ ਕੀ ਆ ਜੀ ਜੋ ਵੀ ਪਿਪਲ ਟੀਚਰ ਹੁੰਦੇ ਨੇ ਜਾਂ ਬੱਚੇ ਹੁੰਦੇ ਨੇ ਹਨ ਉਹ ਇਸ ਜੋ ਮਾਈਕਰੋ ਟੀਚਿੰਗ ਦੇ ਜੋ ਪ੍ਰੈਕਟਿਸ ਕਰਵਾਈ ਜਾਂਦੀ ਉਹਨੂੰ ਜਿਹੜਾ ਗੰਭੀਰਤਾ ਦੇਣਾ ਸੀਰੀਅਸ ਨਹੀਂ ਲੈ ਰਹੇ 50 ਨੰਬਰ ਤੇ ਆ ਜੀ ਇਹ ਸਿਰਫ ਇੱਕ ਖੇਡ ਬਣ ਕੇ ਹੀ ਰਹਿ ਗਈ ਹੈ ਜੀ ਮਾਈਕਰੋ ਟੀਚਿੰਗ ਕਿਉਂਕਿ ਸੀਰੀਅਸ ਨਹੀਂ ਲੈਂਦੇ ਬੱਚੇ ਤਾਂ ਇਹਦੇ ਨਾਲ ਕੀ ਹੁੰਦਾ ਹੈ ਕਿ ਇਹਾ ਸਿਰਫ ਜਿਹੜਾ ਹਾਸਾ ਜਾਂ ਇੱਕ ਜਿਹੜੀ ਖੇਡ ਬਣ ਕੇ ਹੀ ਇਹ ਜਿਹੜੀ ਟੀਚ ਮਾਈਕਰੋ ਟੀਚਿੰਗ ਇਹ ਰਹਿ ਗਈ ਹੈ ਸੋ ਇਹ ਸੀਗਾ ਜੀ ਇਹਦਾ ਮੈਰਿਟਸ ਤੇ ਇਹਦੀਆਂ ਲਿਮਿਟੇਸ਼ਨਸ ਜਾਂ ਡੀਮੈਰਿਟਸ ਲਗਾ ਲਓ ਤੇ ਇਹਦੇ ਨਾਲ ਜਿਹੜਾ 20 ਪਾਰਟ ਹੈ ਜੀ ਤੁਹਾਡਾ ਯੂਨਿਟ 2 ਦਾ ਠੀਕ ਹੈ ਟੈਕਨੀਕਸ ਆਫ ਟੀਚਿੰਗ ਉਹ ਕੰਪਲੀਟ ਹੋ ਗਿਆ ਬਾਕੀ ਵੀ ਆਪਾਂ ਦੋਨੋਂ ਜਿਹੜੇ ਉਹ ਕਰ ਲੈਣੀਆਂ ਸੀ ਪਾਰਟ ਨੂੰ ਆਪਾਂ ਸ਼ਾਰਟ ਦੇ ਲਈ ਕਰਾਂਗੇ ਤਾਂ A ਨੂੰ ਆਪਾਂ ਲੌਂਗ ਦੇ ਲਈ ਕਰਾਂਗੇ ਉਹ ਵੀ ਮੈਂ ਜਲਦ ਵੀਡੀਓ ਤੁਹਾਨੂੰ ਜਿਹੜੀਆਂ ਅਪਲੋਡ ਹੈ ਉਹ ਤੁਹਾਡੇ ਲਈ ਅਪਲੋਡ ਕਰ ਦੇਵਾਂਗੀ ਸੋ ਜਰੂਰ ਸ਼ੇਅਰ ਕਰੋ ਵੱਧ ਤੋਂ ਵੱਧ ਆਪਣੇ ਫਰੈਂਡਸ ਦੇ ਨਾਲ YouTube ਚੈਨਲ ਤੇ ਲਾਈਕ ਜਰੂਰ ਕਰ ਦਿਓ ਜੇਕਰ ਵੀਡੀਓ ਵਧੀਆ ਲੱਗੀ ਹੈ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਥੈਂਕਸ ਫॉर ਵਾਚਿੰਗ